ਇਹ ਹੈ ਮੋਗੇ ਦਾ ਰਹਿਣ ਵਾਲਾ ਕਿਸਾਨ ਬਲਦੇਵ ਸਿੰਘ, ਜਿਸ ਦੇ ਖੇਤਾਂ 'ਚ ਅਜਿਹਾ ਚਮਤਕਾਰ ਹੋਇਆ ਹੈ ਜਿਸ ਨਾਲ ਇਸ ਕਿਸਾਨ ਦੇ ਚਰਚੇ ਪੂਰੇ ਪੰਜਾਬ 'ਚ ਨੇ। ਅਸਲ 'ਚ ਕਿਸਾਨ ਬਲਦੇਵ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਹਿਣ ਮੁਤਾਬਕ 6 ਏਕੜ 'ਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ, ਜਿਸ ਨਾਲ ਖੇਤ 'ਚ ਅਜਿਹਾ ਚਮਤਕਾਰ ਹੋਇਆ ਹੈ ਕਿ ਸਭ ਹੈਰਾਨ ਹੋ ਗਏ ਨੇ। ਅਸਲ 'ਚ ਬਲਦੇਵ ਸਿੰਘ ਨੇ ਜੋ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ, ਉਸ ਨੂੰ ਰਵਾਇਤੀ ਝੋਨੇ ਦੀ ਲਵਾਈ ਨਾਲੋਂ 63 ਲੱਖ ਲੀਟਰ ਪਾਣੀ ਦੀ ਬਚਤ ਹੋਈ ਹੈ, ਜਦੋਂ ਕਿ ਦੂਜੇ ਪਾਸੇ ਇਸ ਤੋਂ ਪਾਣੀ ਕਿਤੇ ਵੱਧ ਲੱਗਾ ਹੈ। ਸਾਰੀ ਕਹਾਣੀ ਬਲਦੇਵ ਸਿੰਘ ਤੇ ਉਸਦੇ ਬੇਟੇ ਦੇ ਮੂੰਹੋਂ ਸੁਣੋ। ਅਤੇ ਇਸ ਵਾਰ ਸਾਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ 2 ਮੀਟਰ ਦਿੱਤੇ ਗਏ ਸੀਗੇ। ਉਹ ਮੀਟਰਾਂ ਦਾ ਮੰਤਵ ਇਹ ਸੀਗਾ ਵੀ ਉਹ 2 ਮੋਟਰਾਂ 'ਤੇ ਲਾਏ ਗਏ, ਇੱਕ 'ਤੇ ਜਿਹਦੇ 'ਤੇ ਕੱਦੂ ਕਰਕੇ 6 ਏਕੜ ਸੀ ਅਤੇ ਇਹ ਸਾਡੀ ਮੋਟਰ 'ਤੇ ਜਿਹਦੇ 'ਤੇ ਸਿੱਧੀ ਬਿਜਾਈ ਨਾਲ 6 ਏਕੜ ਸੀ। ਇਹਦਾ ਮੇਨ ਮੰਤਵ ਇਹਨੇ ਸਾਨੂੰ ਇਹ ਦੱਸਿਆ ਦੋਨਾਂ ਮੀਟਰਾਂ ਦੀ ਰੀਡਿੰਗ ਨੇ ਵੀ ਕਿੰਨਾ ਪਾਣੀ ਅਸੀਂ ਸੇਵ ਕੀਤਾ, ਅਤੇ ਕੁੱਲ ਮਿਲਾ ਕੇ ਅਸੀਂ 62 ਲੱਖ ਲੀਟਰ 6 ਏਕੜ ਮਗਰ ਪਾਣੀ ਸੇਵ ਕੀਤਾ, ਜਿਹੜਾ ਕਿ ਬਹੁਤ ਹੀ ਜ਼ਿਆਦਾ ਪਾਣੀ ਆ। ਜੇ ਸਾਰਾ ਝੋਨਾ ਹੀ ਸਿੱਧਾ ਬੀਜਿਆ ਜਾਵੇ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਵੱਲੋਂ, ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਹੁਤ ਜ਼ਿਆਦਾ ਪਾਣੀ ਬਚਤ ਹੋ ਸਕਦਾ ਵਾ, ਅਤੇ ਪਾਣੀ ਦਾ ਪੱਧਰ ਜਿਹੜਾ ਨੀਵਾਂ ਜਾ ਰਿਹਾ ਵਾ ਉਸਨੂੰ ਆਪਾਂ ਰੋਕ ਸਕਦੇ ਹਾਂ। ਇਹ ਕਿੰਨੇ ਦਿਨਾਂ ਦਾ ਤਜਰਬਾ ਇਹ? ਇਹ 54 ਦਿਨਾਂ ਦਾ ਤਜਰਬਾ ਬਾਈ, ਇਹ ਯੂਨੀਵਰਸਿਟੀ ਨੇ ਲਾਇਆ ਸੀਗਾ ਸਾਡੇ, ਅਤੇ 54 ਦਿਨਾਂ ਬਾਅਦ ਇਹਦੀ ਰੀਡਿੰਗ ਹੋਈ ਆ ਦੋਨਾਂ ਮੀਟਰਾਂ ਦੀ, ਅਤੇ ਉਹਨਾਂ ਨੇ ਦੱਸਿਆ ਵੀ ਤੁਸੀਂ ਇੰਨਾ ਪਾਣੀ। ਬਿਜਲੀ ਦੀ ਬੱਚਤ ਵੀ ਹੈ? ਬਿਜਲੀ ਤਾਂ ਬਹੁਤ ਜ਼ਿਆਦਾ ਬਚਤ ਆਈ, ਕਿਉਂਕਿ ਮੋਟਰ ਖੜ੍ਹੀ ਰਹਿੰਦੀ ਆ, ਜ਼ਿਆਦਾ ਪਾਣੀ ਨਹੀਂ ਲਾਉਣਾ ਪੈਂਦਾ ਇਸੇ ਕਰਕੇ, ਅਤੇ ਬਿਜਲੀ ਦੀ ਬਹੁਤ ਬਚਤ ਆ। ਖਾਦ ਵਗੈਰਾ ਜਾਂ ਹੋਰ ਖਰਚੇ? ਹੋਰ ਸਾਨੂੰ ਖਰਚਿਆਂ ਦਾ ਬਹੁਤ ਫਾਇਦਾ ਹੁੰਦਾ, ਕਿਉਂਕਿ ਜਦੋਂ ਅਸੀਂ ਝੋਨਾ ਇਹ ਲਾਉਂਦੇ ਹਾਂ, ਜਿਹੜਾ ਕੱਦੂ ਕਰਕੇ ਲਾਉਂਦੇ ਹਾਂ, ਉਹ 'ਤੇ ਲੇਬਰ 'ਤੇ ਖਰਚਾ ਆਉਂਦਾ 3 ਤੋਂ 4 ਹਜ਼ਾਰ ਰੁਪਇਆ, ਡੀਜ਼ਲ ਦਾ ਖਰਚਾ ਆਉਂਦਾ ਵਾ, ਉਹ ਸਾਨੂੰ ਸਾਰਾ ਬਚਤ ਹੋ ਜਾਂਦੀ ਹੈ ਜੀ। ਇਹ ਝੋਨੇ ਦੀ ਸਿੱਧੀ ਬਿਜਾਈ ਤਾਂ ਅਸੀਂ ਪਿਛਲੇ ਸਾਲਾਂ ਤੋਂ ਕਰਦੇ ਆ ਰਹੇ ਹਾਂ, ਪਰ ਕੋਈ ਮੰਨਣ ਨੂੰ ਤਿਆਰ ਨਹੀਂ ਸੀਗਾ, ਨਾ ਕੋਈ ਕਿਸਾਨ ਨਾ ਕੋਈ ਯੂਨੀਵਰਸਿਟੀ ਵੀ ਦੂਜਾ ਪਾਣੀ ਦੀ ਇੰਨੀ ਬਚਤ ਹੋ ਸਕਦੀ ਹੈ। ਇਹਦੇ ਕਰਕੇ ਸਾਨੂੰ ਯਾਰ ਕਿ 2 ਮੀਟਰ ਮਿਲੇ ਸੀਗੇ ਮੋਟਰ 'ਤੇ ਲਾਉਣ ਵਾਸਤੇ, ਜਿਹਦੇ ਨਾਲ ਪਤਾ ਲੱਗਦਾ ਸੀ ਵੀ ਕਿੰਨਾ ਪਾਣੀ ਨਿਕਲਿਆ। 1 ਮੀਟਰ ਅਸੀਂ ਲਾਇਆ ਝੋਨੇ ਦੀ ਸਿੱਧੀ ਬਿਜਾਈ ਕੀਤੀ ਆ 6 ਏਕੜ, 1 ਅਸੀਂ ਕੱਦੂ ਕਰਕੇ ਹੋਰ ਕਿਸਾਨ ਦੇ ਆ ਰਾਮ ਸਿੰਘ ਦੇ ਲਾਇਆ ਵਾ, ਉਹ ਲਾਇਆ ਆਪਣਾ ਕੱਦੂ ਕਰਕੇ, ਉਹ ਵੀ 6 ਏਕੜ ਹੈ। ਇਹਦਾ ਕੁੱਲ ਮਿਲਾ ਕੇ 54 ਦਿਨਾਂ ਦਾ ਮੰਨ ਲਓ ਏਰੀਆ ਕੱਢਿਆ ਸੀ ਪਾਣੀ ਦਾ, 62 ਲੱਖ ਲੀਟਰ ਪਾਣੀ 6 ਏਕੜ ਮਗਰ ਪਹੁੰਚਿਆ। ਅੱਛਾ, ਹੋਰ ਇਹਦੇ 'ਚ ਕੀ ਬੱਚਤ ਕੀ ਹੁੰਦੀ ਹੈ? ਇਹਦੇ 'ਚ ਸਮੇਂ ਦੀ ਬੜੀ ਬੱਚਤ ਹੈ, ਲੇਬਰ ਦੀ ਬੱਚਤ ਹੈ, ਡੀਜ਼ਲ ਦੀ ਬੱਚਤ ਹੈ, ਬਿਜਲੀ ਦੀ ਵੀ ਬੱਚਤ ਹੁੰਦੀ ਬੱਚਤ ਆ। ਹਾਂਜੀ, ਕਿੰਨਾ ਪਾਣੀ ਬਚਾਇਆ ਸਿੱਧੀ ਬਿਜਾਈ ਨਾਲ? ਸਿੱਧੀ ਬਿਜਾਈ ਨਾਲ ਅਸੀਂ 6 ਏਕੜ ਮਗਰ 62 ਲੱਖ ਕਿਊਬਿਕ ਪਾਣੀ ਬਚਾਇਆ। ਅੱਛਾ, ਇਹ ਕਿੰਨੀਆਂ ਮੋਟਰਾਂ 'ਤੇ ਲਾਏ ਗਏ ਸੀ ਇਹ ਮੀਟਰ? ਇਹ 2 ਮੋਟਰਾਂ ਦੇ ਮੀਟਰ ਲੱਗੇ ਸੀ। ਅੱਛਾ, ਕਿਵੇਂ ਪਤਾ ਕਿਵੇਂ ਲੱਗਾ ਵੀ ਇਹ ਜਿਹੜੀ ਪਾਣੀ ਦੀ ਬੱਚਤ ਹੋਈ ਆ? ਇਹ ਪਾਣੀ ਦੀ ਮੀਟਰ ਨੇ ਦੱਸਿਆ ਜੀ ਪਾਣੀ ਦੀ ਬੱਚਤ, ਮੀਟਰ ਦੇ ਦੋਨਾਂ ਮੀਟਰਾਂ ਦੀ ਰੀਡਿੰਗ ਲੈ ਕੇ ਉਹਨਾਂ ਦਾ ਦੇਖਿਆ ਅਤੇ ਉਹ ਪਤਾ ਲੱਗਾ ਵੀ ਪਾਣੀ ਦੀ ਬੱਚਤ। ਪਾਣੀ ਦੀ ਬੱਚਤ ਕਰਨ ਵਾਸਤੇ ਅਸੀਂ ਇਸ ਸਾਲ ਯੂਨੀਵਰਸਿਟੀ ਵੱਲੋਂ ਇਹ ਮੀਟਰ ਦਿੱਤੇ ਗਏ ਆ। ਇਹਨਾਂ ਦਾ ਇੱਥੇ 6 ਏਕੜ ਏਰੀਆ ਇਸ ਕਿਸਾਨ ਦਾ, ਅਤੇ ਨਾਲ ਦੇ ਇਹਦਾ ਕਿਸਾਨ ਆ ਰਾਮ ਸਿੰਘ, ਉਹਦਾ ਵੀ 6 ਏਕੜ ਏਰੀਆ। ਉਹਨੇ ਜਿਹੜਾ ਝੋਨਾ ਲਾਇਆ, ਉਹਨਾਂ ਨੇ ਝੋਨਾ ਲਾਇਆ ਹੈਗਾ ਕੱਦੂ ਕਰਕੇ। ਇਸ ਕਿਸਾਨ ਨੇ ਜਿਵੇਂ ਕਿ ਪਹਿਲਾਂ ਦੀ ਤਰ੍ਹਾਂ ਇਹਨੇ 6 ਏਕੜ ਸਿੱਧੀ ਬਿਜਾਈ ਕੀਤੀ ਝੋਨੇ ਦੀ। ਇਹ ਮੀਟਰ ਅਸੀਂ 10 ਜੁਲਾਈ ਨੂੰ ਲਾਇਆ ਸੀਗਾ, ਮਾਨਯੋਗ ਡਿਪਟੀ ਕਮਿਸ਼ਨਰ ਮੋਗਾ ਜੀ ਦੀ ਹਾਜ਼ਰੀ ਵਿੱਚ ਚਾਲੂ ਕੀਤਾ ਗਿਆ ਸੀ, ਅਤੇ ਹੁਣ ਅਸੀਂ ਆਫਟਰ 54 ਡੇਜ਼ 54 ਦਿਨ ਹੋ ਗਏ ਆ। ਸੈਂਟਰ ਗੌਰਮੈਂਟ ਤੋਂ ਟੀਮ ਆਈ ਸੀਗੀ ਜਲ ਸ਼ਕਤੀ ਅਭਿਆਨ ਸਕੀਮ ਤਹਿਤ, ਜਿਨ੍ਹਾਂ ਦੇ ਇੰਚਾਰਜ ਸ਼੍ਰੀ ਪੀ ਕੇ ਮਿਸ਼ਰਾ ਜੀ ਸੀ, ਉਹ ਸੀਨੀਅਰ ਡਾਇਰੈਕਟਰ ਸੀਗੇ FIU ਦੇ, ਗੌਰਮੈਂਟ ਆਫ ਇੰਡੀਆ ਦੇ। ਉਹ ਵੀ ਇੱਥੇ ਆਣ ਕੇ ਅੱਜ ਉਹਨਾਂ ਨੇ ਵੀ ਇੱਥੇ ਮੁਆਇਨਾ ਕੀਤਾ ਇਸ ਖੇਤ ਦਾ, ਮੀਟਰ ਬਾਰੇ ਪੂਰੀ ਜਾਣਕਾਰੀ ਲਈ ਉਹਨਾਂ ਨੇ। ਜਦੋਂ ਅਸੀਂ ਇਹਨਾਂ ਦੋਨਾਂ ਮੀਟਰਾਂ ਦੀ ਰੀਡਿੰਗ ਨੋਟ ਕੀਤੀ ਆ, ਸ਼ੁਰੂ ਤੋਂ ਲੈ ਕੇ ਸ਼ੁਰੂ ਦੀ ਕੀਤੀ ਸੀ, ਅੱਜ ਅਸੀਂ 54 ਦਿਨ ਬਾਅਦ ਕੀਤੀ ਆ, ਅਤੇ ਤਕਰੀਬਨ ਕੈਲਕੂਲੇਸ਼ਨ ਜਦੋਂ ਕੀਤੀ ਅਸੀਂ, ਤਾਂ 1 ਏਕੜ ਮਗਰ ਸਾਨੂੰ 10 ਲੱਖ ਲੀਟਰ ਪਾਣੀ ਦਾ ਫਰਕ ਨਜ਼ਰ ਆਇਆ ਵੀ 1 ਕਿੱਲੇ ਮਗਰ 10 ਲੱਖ ਲੀਟਰ ਪਾਣੀ ਘੱਟ ਵਰਤਿਆ ਇਹਨਾਂ ਨੇ, ਬਲਦੇਵ ਸਿੰਘ ਨੇ ਜਿਹੜੀ ਸਿੱਧੀ ਬਿਜਾਈ ਕੀਤੀ ਹੈ ਇਸ ਨਾਲੋਂ ਜਿਹੜੀ ਝੋਨਾ ਦੂਸਰੇ ਤਰ੍ਹਾਂ ਲਾਇਆ ਗਿਆ। ਟੋਟਲ 6 ਕਿੱਲਿਆਂ 'ਤੇ ਕਿੰਨਾ ਜਿਹੜਾ 6 ਏਕੜ 'ਤੇ ਤਕਰੀਬਨ 62 ਲੱਖ ਲੀਟਰ ਪਾਣੀ ਦਾ ਫਰਕ ਪਿਆ 54 ਦਿਨ ਦੇ ਵਿੱਚ। ਗਾਂਹ ਰੀਡਿੰਗ ਚੱਲਣੀ ਆ, ਮੀਟਰ ਚੱਲ ਰਹੇ ਆ, ਅਤੇ ਇਸ ਦੇਖ ਕੇ ਇਸ ਸਾਰੇ ਪ੍ਰੋਜੈਕਟ ਨੂੰ ਸਾਡੇ ਨੂੰ ਸੈਂਟਰ ਦੀ ਟੀਮ ਸੀ ਜੋ ਮਿਸ਼ਰਾ ਜੀ ਦੀ ਪ੍ਰਧਾਨਗੀ ਉਠਾਈ ਸੀ,
ਉਹਨਾਂ ਨਾਲ ਦੋ ਤਿੰਨ ਸੀਨੀਅਰ ਅਫੀਸਰ ਹੋਰ ਸੀਗੇ, ਉਹ ਵੀ ਬੜਾ ਪ੍ਰਭਾਵਿਤ ਹੋਏ ਇਸ ਗੱਲ ਤੋਂ। ਔਰ ਉਹਨਾਂ ਨੇ ਕਿਸਾਨਾਂ ਨੂੰ ਵੀ ਇੱਥੇ ਕਿਸਾਨ ਵੀ ਸੱਦੇ ਸੀ, ਅਸੀਂ ਬੜੀ ਅਪੀਲ ਕੀਤੀ, ਸਾਨੂੰ ਵੀ ਉਹਨਾਂ ਨੇ ਡਿਪਾਰਟਮੈਂਟ ਨੂੰ ਕਿਹਾ ਕਿ ਤੁਸੀਂ ਇਹੋ ਜਿਹੇ ਹੋਰ ਮੀਟਰ ਲਗਾਓ, ਜ਼ਿਮੀਂਦਾਰਾਂ ਨੂੰ ਇੱਥੇ ਸੱਦ ਕੇ ਦੱਸੋ ਤਾਂ ਕਿ ਇਹੋ ਜਿਹਾ ਪ੍ਰਭਾਵ ਸਾਰੇ ਪੰਜਾਬ 'ਚ ਜਾਵੇ ਅਤੇ ਆਪਾਂ ਪੰਜਾਬ ਦੇ ਪਾਣੀਆਂ ਨੂੰ, ਸਟੇਟ ਨੂੰ, ਆਪਣੇ ਆਉਣ ਵਾਲੀ ਪੀੜ੍ਹੀਆਂ ਵਾਸਤੇ ਪਾਣੀ ਬਚਾ ਸਕੀਏ। ਅਤੇ ਇਸ ਕਰਕੇ ਸਾਰਾ ਹੀ ਇਹ ਪ੍ਰੋਗਰਾਮ ਅਸੀਂ ਅਗਲੇ ਸਾਲ ਤੋਂ ਚੰਗੀ ਤਰ੍ਹਾਂ ਇਹ ਮੀਟਰ ਲਗਾ ਕੇ ਚਲਾਵਾਂਗੇ। ਉੱਧਰ ਦੂਸਰੇ ਪਾਸੇ ਸਾਰਾ ਮੰਜ਼ਰ ਦੇਖਣ ਲਈ ਮੋਗਾ ਦੇ ਡਿਪਟੀ ਕਮਿਸ਼ਨਰ ਵੀ ਮੌਕੇ ਤੇ ਆਇਆ ਤੇ ਕਿਸਾਨ ਨੂੰ ਹੌਸਲਾ ਤੇ ਸ਼ਾਬਾਸ਼ੀ ਦਿੱਤੀ। ਸੋ ਬਲਦੇਵ ਸਿੰਘ ਦੇ ਉਦਮ ਨਾਲ ਉਮੀਦ ਹੈ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਲਈ ਕਿਸਾਨ ਭਰਾ ਇਸ ਮਾਮਲੇ ਤੋਂ ਸਿੱਖਦੇ ਹੋਏ ਕਰੋੜਾਂ ਲੀਟਰ ਤੇ ਪਾਣੀ ਵਾਧੂ ਖਰਚਿਆਂ ਨੂੰ ਬਚਾਉਣਗੇ। ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ।